اہل سنت محبت کے دوران خدیم مقدم حضرت مولانا علامہ قاری سلطان احمد صاحب فرمائے ربانی اور اہل سنت اسلام علیہ مصطفیٰ نقیب محفل عظیم محفل سامعین محترم عزیز دوستوں بزرگوں مہربانوں شمع نبوت کے پروانوں کا آفتاب رسالت کے ماں بہاروں السلام علیکم ورحمۃ اللہ وبرکاتہ محول لگا ہوا ہے محول سجا ہوا ہے محفل لگی ہوئی
حضرت ابو بکر میں مجاہد اللہ کا ولی سکرے میلاد مصطفیٰ میں کر ਆ ਗਿਆ ਮੇਰਾ ਲਾਦਾ ਹੋ ਗਿਆ ਕੁੱਝ ਨਾ ਖੇਗਾ
ਉਹਦੇ ਕੋਲੋਂ ਆਜ਼ਾਦ ਕਰ ਦੇ। ਜਦੋਂ ਵੇਖਿਆ ਨਾ ਮਾਲਕ ਨੇ ਗੱਲ ਸੁਣੀ ਫਰਮਾਇਆ ਜਾ ਤੈਨੂੰ ਆਜ਼ਾਦ ਕੀਤਾ, ਇਹਨੇ ਆਖਿਆ ਜਾ ਤੈਨੂੰ ਆਜ਼ਾਦ ਕੀਤਾ। ਬੱਚਾ ਆਜ਼ਾਦ ਹੋ ਗਿਆ, ਖੁਸ਼ ਹੋ ਗਿਆ।
ਘਰ ਕੱਪੜੇ ਕੱਪੜੇ ਕਰਦੀ ਹੋਵੇ ਬੰਦਾ ਪੁੱਛਦਾ ਕਹਿੰਦੇ ਕੁਝ ਤੁਸੀਂ
ਰਾਤੀ ਜਦੋਂ ਸਰਕਾਰ ਤਸ਼ਰੀਫ ਲਿਆ ਹੈ ਨਾ ਤੇ ਤੈਨੂੰ ਕਲਮਾ ਪੜਾ ਕੇ ਲੱਗੇ ਨਾ ਜਾਨ ਤੇ ਮੈਂ ਹੱਥ ਵੱਲ ਗਿਰਲ ਕੀਤੀ ਕਮਲੀ ਵਾਲਿਆ ਤੁਸੀਂ ਰਿਸ਼ਤੇ ਤੋੜਨ ਨਹੀਂ ਆਏ ਰਿਸ਼ਤੇ ਜੋੜਨ ਆਏ ਹੋ ਤੇ ਇਹ ਤੋਂ ਕਲਮਾ ਪੜਾ ਕੇ ਚੱਲੇ ਹੋ ਫਿਰ ਉਹਨੇ ਕਲਮਾ ਪੜਾ ਕੇ ਜਾਓ ਯਾਨੀ ਸੁਸਤੀ ਦਾ ਮਜ਼ਾਹਰਾ ਨਹੀਂ ਕਰਨਾ ਜਿਸ ਤੋਂ ਕਿ ਬਾਬਾ ਹਜ਼ੂਰ ਦੇ ਗੁਲਾਮ ਹੋ ਬਹੁਤ ਮੇਰਾ ਨਾਰਾ ਮਾਰੋ ਨਾਰਾ